ਦੇ ਸਾਡੇ ਸਟੂਡੀਓਜ਼ ਦੇ ਵਿੱਚ ਗੁਰਦਾਸ ਮਾਨ ਸਾਹਿਬ ਪਹੁੰਚ ਚੁੱਕੇ ਹਨ ਪੂਰੇ ਫਿੱਟ اور ਤਰੋਤਾਜ਼ਾ ਮਹਿਸੂਸ ਹੋ ਰਹੇ ਨੇ ਗੁਰਦਾਸ ਮਾਨ ਸਾਹਿਬ ਜੀ ਆਨ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੈਂ ਸਭ ਬਹੁਤ ਬਹੁਤ ਪਿਆਰ ਪਰਿਸ਼ਸਤਰੀਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਜਿੱਥੇ ਜਿੱਥੇ ਬੈਠੇ ਨੇ ਮੇਰੇ ਖਿਆਲ ਹੁਣ ਤਾਂ ਬਹੁਤ ਦੂਰ ਤੱਕ ਜੀ ਜੀ ਪ੍ਰਸਾਰਣ ਹੋ ਗਿਆ ਹੈ ਜਿੱਥੇ ਜਿੱਥੇ ਵੀ ਬੈਠੇ ਨੇ ਉਹਨਾਂ ਸਭ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਔਰ ਇਹਨਾਂ ਦਿਨਾਂ ਚ ਚੱਲ ਰਹੇ ਸਾਰੇ ਤਿਥ ਤਿਹਾਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਮਾਨ ਸਾਹਿਬ ਬੜੇ ਤਰੋਤਾਜ਼ਾ ਲੱਗ ਰਹੇ ਤੇ ਬੜੀ ਸਿਹਤ ਬੜੀ ਫਿੱ ਹਲੇ ਵੀ ਲਗਾਤਾਰ ਵਰਜਿਸ਼ ਤੇ ਮੈਡੀਟੇਸ਼ਨ ਤੇ ਉਹ ਚੱਲਦਾ ਰਹਿਣਾ ਮੇਰੇ ਖਿਆਲ ਬਹੁਤ ਜ਼ਰੂਰੀ ਹੈ ਬੰਦੇ ਲਈ ਕਿਉਂਕਿ ਬਾਕੀ ਸਾਰੇ ਕੰਮ ਆਪਣੇ ਬੱਚਿਆਂ ਲਈ ਕਰ ਰਿਹਾ ਹੈ ਉਹਦੇ ਲਈ ਕਮਾਈ ਕਰ ਰਿਹਾ ਹੈ ਕੋਈ ਕਿਸੇ ਲਈ ਕਮਾਈ ਕਰ ਰਿਹਾ ਕੋਈ ਕਿਸੇ ਲਈ ਕਮਾਈ ਕਰ ਰਿਹਾ ਪਰ ਆਪਣੇ ਲਈ ਸਮਾਂ ਉਹ ਹੀ ਹੋ ਸਕਦਾ ਜਦੋਂ ਤੁਸੀਂ ਆਪਣੀ ਇਬਾਦਤ ਕਰਦੇ ਹੋ ਉਹ ਤੁਹਾਡਾ ਆਪਣਾ ਜਾਂ ਫਿਰ ਜਦੋਂ ਤੁਸੀਂ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹੋ ਉਹ ਤੁਹਾਡੀ ਆਪਣੀ ਹੈ ਬਾਕੀ ਦਾ ਸਾਰਾ ਦੁਨੀਆ ਦਾ ਹੀ ਤੁਸੀਂ ਜਿੱਥੇ ਪੰਜਾਬੀ ਬੋਲੀ ਲਈ ਪੰਜਾਬੀ ਗੀਤਾਂ ਲਈ ਇੱਕ ਇਹੋ ਜਿਹਾ ਕੰਮ ਕੀਤਾ ਯੂ ਆਰ ਲਿਵਿੰਗ ਲੈਜੈਂਡ ਹੁਣ ਐਸ ਸਟੇਜ ਤੇ ਆ ਕੇ ਹੋਰ ਕੀ ਕਰਨਾ ਚਾਹੁੰਦੇ ਕੀ ਕਰਨ ਦਾ ਦਿਲ ਕਰਦਾ ਪੰਜਾਬ ਦੀ ਸਰਜ਼ਮੀਨ ਨੇ ਪੰਜਾਬੀ ਮਾਂ ਬੋਲੀ ਨੇ ਸਾਨੂੰ ਇਹਨਾਂ ਦਿੱਤਾ ਅਸੀਂ ਸੋਚਦੇ ਹਾਂ ਕਿ ਅਸੀਂ ਉਹਦੀ ਸੇਵਾ ਕਰ ਰਹੇ ਹਾਂ ਸੇਵਾ ਅਸੀਂ ਨਹੀਂ ਕਰ ਰਹੇ ਉਹ ਸਾਡੀ ਸੇਵਾ ਕਰ ਰਹੀ ਹੈ ਮਾਂ ਬੋਲੀ ਔਰ ਪੰਜਾਬ ਨੇ ਇਸ ਜ਼ਰਖੇਜ਼ ਮਿੱਟੀ ਨੇ ਸਾਨੂੰ ਗੁਰੂਆਂ ਪੀਰਾਂ ਸ਼ਹੀਦਾਂ ਮੁਰਿਦਾਂ ਦੀ ਜਿਹੜੀ ਜੋ ਬਖਸ਼ਿਸ਼ ਸਾਨੂੰ ਦਿੱਤੀ ਹੈ ਪੰਜਾਂ ਪਾਣੀਆਂ ਨੇ ਸਾਨੂੰ ਜੋ ਇੱਜ਼ਤ ਮਾਨ ਸਤਕਾਰ ਬਖਸ਼ੇ ਬੋਲੀ ਨੇ ਮਾਨ ਸਤਕਾਰ ਬਖਸ਼ੇ ਅਸੀਂ ਉਸ ਲਈ ਕੁਝ ਕਰ ਸਕੀਏ ਉਸ ਦੀ ਆਉਣ ਵਾਲੀ ਜਿਹੜੀ ਪਨੇਰੀ ਹੈ ਸਾਡੇ ਜਨਰੇਸ਼ਨ ਹੈ ਪੰਜਾਬੀਆਂ ਦੀ ਇਸ ਨੂੰ ਸੰਭਾਲ ਸਕੀਏ ਨਸ਼ਿਆਂ ਤੋਂ ਮੁਕਤ ਕਰਵਾ ਸਕੀਏ। ਆਰ ਕਿਉਂਕਿ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਤ ਜ਼ਰੂਰੀ ਹੈ। ਹੂੰ ਹੂੰ। ਸੋ ਸੇਤ ਵਾਲੇ ਪਾਸੇ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੈਂ ਜਿਹਨ ਮੈਂ ਉਹਨਾਂ ਬੱਚਿਆਂ ਨੂੰ ਮਿਲਣਾ ਚਾਹੁੰਨਾ ਜਿਹੜੇ ਇਸ ਚੀਜ਼ ਤੋਂ ਦੁਖੀ ਹੈ ਕਿਉਂਕਿ ਜਿਹਨਾਂ ਨੂੰ ਲੱਗ ਗਿਆ ਨਸ਼ਾ ਉਹ ਤਾਂ ਫਿਰ ਲੱਗੇ ਛੂਟੇ ਨਾ। ਹੂੰ ਹੂੰ ਹੂੰ। ਸਮਝ ਚਾਹੁੰਨਾ ਕਿ ਉਹਨਾਂ ਦੇ ਘਰਾਂ ਵਿੱਚ ਜਾ ਕੇ ਮੈਂ ਮਿਲ ਸਕਾਂ ਉਹਨਾਂ ਨੂੰ। ਮੁਕਸਰ ਵਾਲੇ ਸਾਈਡ ਤੋਂ ਜੀ ਜੀ ਮੁੰਡੇ ਮਿਲੇ ਸੀ ਮੈਨੂੰ ਆ ਕੇ। ਕਹਿੰਦਾ ਜੀ ਸਾਡੇ ਬੱਚੇ ਹੈ ਕੁਝ ਮੈਂ ਉਹਨਾਂ ਨੂੰ ਮਿਲਾਉਣਾ ਚਾਹੁੰਨਾ ਸੀ। ਮਹਾਂ ਤੁਹਾਡੀ ਕੋਈ ਗੱਲਬਾਤ ਦੇ ਨਾਲ ਉਹਨਾਂ ਦੇ ਅੰਦਰ ਕੁਝ ਮੋੜ ਆ ਜਾਏ ਸੋ ਮਰਨ ਕਗਾਰਤੇ ਆ ਇਸ ਲਿਖਿਆ ਵੀ ਸੀ ਵੀ ਦੁੱਧ ਉਬਲਦੇ ਪੁੱਤ ਵਗੜਦੇ ਧੇਰ ਨਾ ਲਾਉਂਦੇ ਨਾ ਆਹ ਕੀ ਬਾਤ ਉਹਦੇ ਵਿੱਚ ਦੁੱਧ ਪੁੱਤ ਗੁਰਦਾਸ ਜੀਆਂ ਨਿਗਰਾਨੇ ਚਾਹੁੰਦੇ ਨੇ ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸਲਫੇ ਸੂਟੇ ਤੇ ਇਸ ਤਰ੍ਹਾਂ ਦੀ ਗੀਤ ਤੁਸੀਂ ਲਿਖੇ ਨੇ ਲੇਕਿਨ ਜਿੱਥੇ ਤੁਸੀਂ ਸਰਬੰਸਦਾਨੀਆਂ ਲਿਖਿਆ ਉੱਥੇ ਹੋਰ ਬਹੁਤ ਸਾਰੇ ਗੀਤ ਤੁਹਾਡੇ ਦੇ ਲੋਕ ਸੁਣਦੇ ਨੇ ਆਮ ਪਾਠ ਦੀ ਤਰ੍ਹਾਂ ਸੁਣਦੇ ਨੇ ਹੁਣ ਨਵੇਂ ਗੀਤ ਕਿਹੜੇ ਲੈ ਕੇ ਆ ਰਹੇ ਹੋ ਤੁਸੀਂ ਕਹਿੰਦੇ ਸੀ ਸਾਡੀ ਹੁਣ ਇਹਨਾਂ ਦਿਨਾਂ ਚ ਐਲਬਮ ਦੀ ਤਿਆਰੀ ਚੱਲ ਰਹੀ ਸੀ ਅੱਜ ਜਦੋਂ ਕਿ ਆ ਗੀਤ ਜਿਹੜਾ ਕੀ ਬਣੋ ਦੁਨੀਆ ਦਾ ਆ ਹਾਂਜੀ ਹਾਂਜੀ ਇਹ ਸਾਰੇ ਇਤਫਾਕਾਂ ਇਕੱਠੇ ਹੋਏ ਹੋਏ ਸੀ ਉਹਨਾਂ ਦਿਨਾਂ ਚ ਅਸੀਂ ਸਾਡੀ ਰਿਕਾਰਡਿੰਗ ਚੱਲ ਰਹੀ ਸੀ ਸ਼ਾਹ ਜੀ ਜਤਿੰਦਰ ਸ਼ਾਹ ਜੀ ਜਿਹੜੇ ਸਾਡਾ 뮤직 ਦੇ ਰਹੇ ਆਂ ਉਹਨਾਂ ਦਿਨਾਂ ਚ ਦਲਜੀਤ ਵੀ ਉੱਥੇ ਆਇਆ ਵਸੇ ਸੋ ਕੋਕ ਸਟੂਡੀਓ ਵਾਲੇ ਮਿਸਟਰ ਜੱਗੀ ਉਹਨਾਂ ਨੇ ਆ ਕੇ ਇਸ ਤਰ੍ਹਾਂ ਕਿਹਾ ਕਿ ਯਾਰ ਦਨ ਸਾਲ ਹੋ ਗਿਆ ਸੀ ਤੁਹਾਨੂੰ ਲੱਭਦਿਆਂ ਨੂੰ ਹਮਮ ਤੇ ਤਰੀਖਾਂ ਨਹੀਂ ਮਿਲਦੀਆਂ ਸੀ ਪ੍ਰੋਪਰ ਤਰੀਕੇ ਨਾਲ ਕਿਉਂਕਿ ਜਦੋਂ ਸਾਡੇ ਕੋਲੇ ਹੁੰਦਾ ਸੀ ਤੁਹਾਡੇ ਨਹੀਂ ਹੁੰਦੇ ਸੀ ਹਮਮ ਜਦੋਂ ਤੁਹਾਡੇ ਕੋਲੇ ਹੁੰਦੇ ਸੀ ਸਾਡਾ ਆਲਰੇਡੀ ਜਿਹੜਾ ਸ਼ਡਿਊਲ ਸੀਗਾ ਉਹ ਨਿਕਲ ਚੁੱਕਾ ਹੁੰਦਾ ਸੀ ਤੇ ਹੁਣ ਤੁਸੀਂ ਇਸ ਤਰ੍ਹਾਂ ਆਪਾਂ ਕਮਲੀ ਯਾਰ ਦੀ ਕਮਲੀ ਰਿਕਾਰਡ ਕਰਦੇ ਅੱਛਾ ਜੀ ਹਮੇ ਯਾਰ ਕਮਲੀ ਯਾਰ ਦੀ ਕਮਲੀ ਸੋ ਬੇਸ਼ੱਕ ਤੁਸੀਂ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਕੁਝ ਹੋਰ ਕਰਨਾ ਚਾਹੀਦਾ ਹਮਮ ਹੋਰ ਕੀ ਕਰਨਾ ਚਾਹੀਦਾ ਮੇਰੇ ਕੋਈ ਗੀਤ ਯਾਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜ਼ਰੂਰਤ ਵੀ ਹੈ ਕਿ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗੂ ਜਾਣੇ ਉਦੋਂ ਵੀ ਕਈ ਸੀ ਗੱਲ ਔਰ ਹੁਣ ਤੇ ਉਹ ਜ਼ਿਆਦਾ ਟੁਕਦੀ ਐ ਇਸ ਸਮੇ ਦੇ ਉੱਤੇ ਸੋ ਮੈਂ ਚਾਹੁੰਦਾ ਸੀ ਕਿ ਸ਼ਾਇਦ ਕਿ ਗੀਤ ਦੇ ਜ਼ਰੀਏ ਲੋਕਾਂ ਤੱਕ ਉਹ ਗੱਲ ਪਹੁੰਚੇ ਉਹ ਬੱਚਿਆਂ ਤੱਕ ਗੱਲ ਪਹੁੰਚਦੇ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਕੜ ਕਨ ਹੱਡੀਆਂ ਵਜਾਉਣ ਨੰਬਰੂ ਸਿਆਸਤਾ ਨੇ ਮਾਰ ਲਈ ਜਵਾਨੀ ਚੜ੍ਹਦੀ ਦਿਲ ਮਿਲੇ ਕਿਤੇ ਅੱਖ ਕਿਤੇ ਲੜਦੀ ਹੈ ਨਾ ਮਰ ਜਾਣੇ ਮਨਾਂ ਕੀ ਭਰੋਸਾ ਕੱਲ ਦਾ ਬੁਰਾ ਨਹੀਂ ਮਨਾਈ ਦਾ ਕਿਸੇ ਦੀ ਗੱਲ ਦਾ ਕਹਿਗੇ ਨੇ ਲੋਕ ਸਿਆਣੇ ਮੈਂ ਕਿਹਾ ਕਰ ਲਿਆ ਕਹਿੰਦੇ ਨਹੀਂ ਜੀ ਪਾਜੀ ਕੋਈ ਕਮਰਸ਼ਲ ਚਾਹੀਦਾ ਹੈ ਤਾਂ ਮਤਲਬ ਤੁਸੀਂ ਸਿੱਖ ਦੇਣ ਵਾਲੀ ਗੱਲ ਕਰਤੀ ਮੈਸੇਜ ਦੇ ਮੈਂ ਕਿਹਾ ਮੈਸੇਜ ਤਾਂ ਬਹੁਤ ਜ਼ਰੂਰੀ ਹੈ ਔਰ ਅੱਜ ਉਸ ਮੈਸੇਜ ਦੀ ਵਜ੍ਹਾ ਕਰਕੇ ਮੇਰੇ ਖਿਆਲ ਹੈ ਉਸ ਤੇ ਕਿੰਨੇ ਵਿਊਰਸ਼ਿਪ ਜੜੀ ਆਈ ਮਸ਼ੀਆਂ ਨੇ ਫਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਤਾਂ ਮਰੂ ਮਿਲ ਕੇ ਕਿਤੇ ਅੱਖ ਕਿਤੇ ਲੜਦੀ ਮਰ ਜਾਣੇ ਮਨਾ ਕੀ ਬੋਸਾਂ ਗੱਲ ਦਾ ਉਹ ਪੁਰਾਣੀ ਮਨਾਏ ਦਾ ਕਿਸੇ ਦੀ ਗੱਲ ਦਾ ਕਹਿ ਕੇ ਨਾ ਰੋ ਕਿਸੇ ਆਏ ਹੋ ਕੀ ਬਣੂ ਕੀ ਬਣੂ ਕੀ ਬਣੂ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਗ ਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਗ ਰੂ ਜਾਣੇ ਕੀ ਬਣੂ ਦੁਨੀਆ ਦਾ ਮੈਂ ਸੋਚ ਵੀ ਨਹੀਂ ਸਕਦਾ ਕਿ ਇਹ ਇਸ ਗੀਤ ਨੂੰ ਇੰਨਾ ਪਿਆਰ ਮਿਲਿਆ ਹਮਮ ਇਸ ਕਿਨ ਕਰਦਾ ਰਹਿਮਤ ਕੀ ਨਿੰਦ ਚ ਨਾ ਗਵਣਾ ਸੀ ਮਰ ਜਣਾ ਤੇਰਾ ਮਹਾਨ ਕਿਦਰੇ ਮਨਛੀ ਹੋਣਾ ਸੀ ਉਹਨਾਂ ਦਿਨਾਂ ਦੀ ਗੱਲਾਂ ਸੁਣਾਓ ਮੈਂ ਥਿੰਦ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਰਹੇ ਜੀ ਉਹ ਕਹਿੰਦੇ ਨਾ ਵੀ ਜਿਹੜੇ ਘਰ ਦਾ ਖਾਈਏ ਜਿਹੜੇ ਮੁਲਕ ਦਾ ਖਾਈਏ ਹਾਂਜੀ ਔਰ ਜਿਸ ਪ੍ਰੋਫੈਸ਼ਨ ਦਾ ਖਾਈਏ ਉਸ ਨੂੰ ਯਾਦ ਜ਼ਰੂਰ ਰੱਖੀਦਾ ਹਮਮ ਤਾਂ ਮੈਂ ਬਿਜਲੀ ਬੋਰਡ ਦੇ ਮਹਿਕਮੇ ਲਈ ਜਿਸ ਇੱਕ ਫੰਕਸ਼ਨ ਲਈ ਉਹਨਾਂ ਨੇ ਬੁਲਾਇਆ ਸੀਗਾ ਉਸ ਜਗ੍ਹਾ ਤੇ ਕਹਿੰਦੇ ਜ ਕੁਝ ਬੋਲ ਦਿਓ ਜੀ ਮੈਂ ਕੁਝ ਲਾਈਨਾਂ ਬੋਲੀਆਂ ਸੀ ਲਿਖੀਆਂ ਸੀ ਆਪਣੇ ਉਸ ਵਾਸਤੇ ਕਿ ਵਾਹ ਨਹੀਂ ਬਿਜਲੀ ਹੈ ਜਾ ਨਾ ਬਿਜਲੀ ਹੈ ਵਾ ਤੇਰੀ ਰੁਸ਼ਨਾਈ ਅੱਛਾ ਜੀ ਬਿਜਲੀ ਬੋਰਡ ਦੇ ਉੱਤੇ ਕੰਮ ਕੀਤਾ ਨਾ ਮੈਂ ਥੋੜੀ ਜਿਹੀ ਯੂਡੀਸੀ ਤਾਇਕ ਕਿਆ ਜਨਾ ਮਾਂ ਤੇਰਾ ਮਰ ਜਾਣਾ ਕਿਦੜੇ ਮੁੰਸ਼ੀ ਹੋਣਾ ਸੀ ਜੀ 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 ਇਸ਼ਕ ਨਾ ਰਹਿਮਤ ਕਰਦਾ ਕਿਨੇ ਲਿਖਣਾ ਗਾਉਣਾ ਸੀ ਤਾਂ ਮੈਂ ਉੱਥੇ ਜ਼ਿਕਰ ਕੀਤਾ ਕਿ ਵਾਹ ਨਹੀਂ ਬਿਜਲੀ ਹੈ ਜਾ ਨਹੀਂ ਬਿਜਲੀ ਜਾ ਨਾ ਬਿਜਲੀ ਹੈ ਵਾ ਤੇਰੀ ਰੁਸ਼ਨਾਈ ਤੂੰ ਇੰਦਰ ਦੇ ਖਾੜੇ ਵਿੱਚੋਂ ਪਰੀ ਉਤਰ ਕੇ ਆਈ ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਸਮਾਈ ਇਹ ਨਦੀਆਂ ਨੂੰ ਇਕੱਠੀਆਂ ਕਰਕੇ ਨੰਗਲ ਨੇ ਬਣਾਈ ਪਾਵਰ ਹਾਊਸ ਤੋਂ ਚਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਬਿਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਪਰਜਾਈ ਕਈ ਸਿਮਲਟਨ ਦੁਬਾਇਆ ਬਲਦੇ ਲਾਟੂ ਕੁੰਡ ਚੱਕਿਆ ਰੋਸ਼ਨਾਈ ਬਿਜਲੀ ਨੇ ਗੁਰਦਾਸ ਮਾਨ ਨੂੰ ਇੱਜ਼ਤ ਬੜੀ ਦਵਾਈ ਸਦਕੇ ਜਮਾ ਉਹਨਾਂ ਦੇ ਜਿੰਨਾ ਘਰ ਘਰ ਵਿੱਚ ਪਹੁੰਚਾਈ ਲੱਖ ਲਾਹਣ ਤਾਂ ਚੋਰਾਂ ਦੇ ਜਿਹੜੇ ਬੈਠੇ ਕੁੰਡੀ ਲਾਈ ਇਸ ਬਿਜਲੀ ਨੂੰ ਉਹਨਾਂ ਹੀ ਵਰਤੋ ਜਿੰਨੀ ਲੋੜ ਹੈ ਭਾਈ ਨਹੀਂ ਤੇ ਹੋ ਜਾਓਗੇ ਬਿਜਲੀ ਦੇ ਕਰਜ਼ਾਈ ਕੀ ਬਾਤ ਹੈ ਕੀ ਬਾਤ ਹਾਂਜੀ ਤੁਸੀਂ ਨਿੱਕੀ ਨਿੱਕੀਆਂ ਗੱਲਾਂ ਤੋਂ ਲੈ ਕੇ ਰੋਟੀ ਤੋਂ ਲੈ ਕੇ ਸਾਈਕਲ ਤੋਂ ਲੈ ਕੇ ਹੋਰ ਜ਼ਿੰਦਗੀ ਦੇ ਚ ਨਹੀਂ ਬਹੁਤ ਛੋਟੇ ਛੋਟੇ ਗੱਲਾਂ ਸੀ ਦੇਖੋ ਪੌਪ ਆਇਆ ਫਿਰ ਰੈਪ ਆਇਆ ਉਹ ਗਏ ਚਲੇ ਗਏ ਪਰ ਤੁਸੀਂ ਆਪਣਾ ਜਿਹੜਾ ਲਗਾਤਾਰ ਇਸ ਤਰ੍ਹਾਂ ਦਾ ਸ਼ਾਇਰੀ ਸੀ ਜਿਹੜੀ ਬੜੀ मीनिंगफुल ਸ਼ਾਇਰੀ ਸੀ ਆਮ ਲੋਕਾਂ ਤੱਕ ਪਹੁੰਚਦੀ ਸੀ ਇਹ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਇਨ੍ਹਾਂ ਬੁੱਲਿਆਂ ਤੋਂ ਇਨ੍ਹਾਂ ਤਤੀਆਂ ਠੰਡੀਆਂ ਹਵਾਵਾਂ ਚਲੀਆਂ ਨੇ ਇਹ ਇਨ੍ਹਾਂ ਬੁੱਲਿਆਂ ਨੇ ਕੀ ਅਸਰ ਕਰਨਾ ਸੀ ਮੇਰੇ ਉੱਤੇ ਬੁੱਲੇ ਦਾ ਬਹੁਤ ਅਸਰ ਹੈ ਬਾਬਾ ਬੁੱਲੇ ਸ਼ਾਹ ਜੀ ਦਾ ਜਿਹਨਾਂ ਦੇ ਉੱਤੇ ਅਸਰ ਹੋਵੇ ਸ਼ਾਹ ਹੁਸੈਨ ਦਾ ਅਸਰ ਹੋਵੇ ਵਾਰਿਸ ਸ਼ਾਹ ਦਾ ਅਸਰ ਹੋਵੇ ਸੋ ਇਹ ਇਹਨਾਂ ਦੀ ਸ਼ਾਇਰੀ ਜਿਹੜੀ ਕਿਉਂਕਿ ਅਸੀਂ ਸੁਣਿਆ ਹੀ ਉਹ ਆ ਬਾਬਾ ਹਮ ਹਮ ਅਸੀਂ ਤਕਰੀਬਨ ਗਾਏ ਉਹਨਾਂ ਨੂੰ ਨੂਸਰਤ ਫਤੀਹ ਅਲੀ ਖਾਨ ਸਾਹਿਬ ਨੂੰ ਸੁਣਿਆ ਉਹਨਾਂ ਦੇ ਕਵਾਲੀ ਦਾ ਜਿਹੜਾ ਰੰਗ ਹੈ ਉਸ ਕਵਾਲੀ ਦੇ ਰੰਗ ਦੇ ਵਿੱਚੋਂ ਹੀ ਮੇਰਾ ਰੰਗ ਜਿਹੜਾ ਨਿਕਲਦਾ ਰਿਹਾ ਹੈ ਮੇਰਾ ਰੰਗ ਜਿਹੜਾ ਸੀ ਮੇਰੇ ਅੰਦਰ ਸੀਗਾ ਉਹ ਸੁਧਰਦਾ ਰਿਹਾ ਥੋੜਾ ਹੋਰ ਅੱਛੇ ਰੰਗ ਦੇ ਵਿੱਚ ਆਉਣ ਲੱਗਿਆ ਹਮ ਹਮ ਸੋ ਮੈਂ ਚਾਹੁੰਨਾ ਕਿ ਇਹਨਾਂ ਚੀਜ਼ਾਂ ਦੀ ਮੇਰੇ ਤੇ ਕੋਈ ਪਾ ਨਹੀਂ ਚੜਨੀ ਕਿਉਂਕਿ ਜਿਹਨਾਂ ਦੇ ਰੰਗ ਪਹਿਲਾਂ ਹੀ ਮਾਲਕ ਨੇ ਪੱਕੇ ਕਰਕੇ ਭੇਜੇ ਹੁਣ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਵੇਰੇਖਲਾ ਪੌਪ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਤਾਂ ਆਪਣੇ ਦਿਲ ਦੇ ਮਾਮਲੇ ਦੇ ਵਿੱਚ ਵੀ ਸੀਗਾ ਹਾਂ 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 ਥੋੜਾ ਬਹੁਤ ਮੈਨੂੰ ਕਿਸੇ ਦੇਸੀ ਬੰਦੇ ਨੇ ਦੱਸਿਆ ਦੇਖੋ ਪੜੇ ਲਿਖੇ ਤਾਂ ਆਪਣੀਆਂ ਗੱਲਾਂ ਕਰਦੇ ਨੇ ਉਹ ਕਹਿੰਦਾ ਯਾਰ ਇਹ ਤਾਂ ਸਾਡੇ ਗੁਰਦਾਸ ਨੇ ਗਾਇਆ ਵੇ ਪਹਿਲਾਂ ਨਾਜ਼ੁਕ ਜਿਹਾ ਦਿਲ ਹੈ ਮੇਰਾ ਗਲ ਕੀ ਦਿਲ ਹੋਇਆ ਤੇਰਾ ਰਾਤ ਨੂੰ ਨੀਂਦ ਨਾ ਆਵੇ ਖਾਣ ਨੂੰ ਪਵੇ ਹਨੇਰਾ ਸੋਚਾਂ ਵਿੱਚ ਗੋਤੇ ਖਾਂਦਾ ਚੜਦਾ ਹੈ ਨਵਾਂ ਸਵੇਰਾ ਐਦਾਂ ਜੇ ਹੁੰਦੀ ਰਹਸੀ ਹੋਵੇਗਾ ਕਿਵੇਂ ਬਸੇਰਾ ਇੱਕੋ ਗੱਲ ਕਹਿੰਦਾ ਤੈਨੂੰ ਮਰ ਜਾਏਗਾ ਯਾਸ਼ਕ ਤੇਰਾ ਹੋ ਜ਼ਿੱਦ ਨਾ ਕਰੋ ਸਜਨ ਦਿਲ ਵਾਹ ਵਾਹ ਇਹਦੇ ਰੱਬੀ ਹੋਰ ਕੀ ਹੈ ਜੀ ਜੀ ਇਹ ਉਹ ਦਸਰੇ ਮੰਦਬ ਮੈਨੂੰ ਦੱਸ ਰੰਗ ਤਾਂ ਕਈ ਆਈਆਂ ਤੁਹਾਡੀ ਗਾਇਕੀ ਹਾਂ ਜੀ ਜਦੋਂ ਦੇਸੀ ਬੰਦਾ ਕੋਈ ਗੱਲ ਦੱਸੇ ਇਹਦਾ ਮਤਲਬ ਹੈ ਸ਼ੁੱਧ ਹੈ ਸਪਸ਼ਟ ਹੈ ਅਚਮਾਨ ਸਾਹਿਬ ਤੁਸੀਂ ਐਲਬਮ ਦਾ ਜ਼ਿਕਰ ਕੀਤਾ ਇਹਦੇ ਬਾਰੇ ਸਾਨੂੰ ਹੋਰ ਦੱਸੋ ਕਿੰਨੇ ਗੀਤ ਨੇ ਇਹਦੇ ਵਿੱਚ ਤੇ ਆਪ ਜੀ ਦੇ ਨਹੀਂ ਹਜੇ ਤੱਕ ਮਤਲਬ ਉਹ ਦੱਸਣ ਦੇ ਯੋਗ ਨਹੀਂ ਹੈ ਕਿਉਂਕਿ ਅਜੇ 4 ਗੀਤਾਂ ਦੀ ਅਸੀਂ ਰਿਕਾਰਡਿੰਗ ਕੀਤੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਹਿੰਦੇ ਆ ਬਹੁਤ ਸਿੰਗਲ ਕੱਢਣ ਵਾਲਾ ਸਟਿਲ ਜਿਹੜਾ ਸਿਲਸਿਲ ਸ਼ੁਰੂ ਹੋ ਗਿਆ ਹਾਂਜੀ ਜੀ 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 ਪਰ ਅਸੀਂ ਹੁਣ ਦੇਖਦੇ ਆ ਕਿ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਕਿ ਕਿਉਂਕਿ 4 ਸਾਢੇ ਸੌਂਗ ਵਿਦ 뮤직 ਹੋਏ ਹੋਏ ਮੇਰੀ ਵੌਇਸ ਡੱਬ ਹੋਣੀ ਹੈ ਜੇ ਜਾ ਕੇ ਤਾਂ ਬਾਕੀ ਦਾ ਪੂਰਾ ਜਦੋਂ ਪ੍ਰੋਸੈਸ ਤਿਆਰ ਹੋ ਜਾਏਗਾ ਉਹਨਾਂ ਦੇ ਵਿੱਚੋਂ ਵੀਡੀਓ ਬਣ ਜਾਣਗੀਆਂ ਫਿਰ ਜਾ ਕੇ ਇਸ ਗੱਲ ਦੇ ਉੱਤੇ ਬਹਿਸ ਹੋ ਸਕਦੀ ਹੈ ਜਾਂ ਗੱਲਬਾਤ ਹੋ ਸਕਦਾ ਸਾਨੂੰ ਇਸ ਰੂਡ ਦਾ ਸੋਕ ਕਿ ਤੁਹਾਡੀ ਜ਼ਿੰਦਗੀ ਬਾਰੇ ਤੁਹਾਡੇ ਬਾਰੇ ਤੁਹਾਡੇ ਸ਼ੌਕਾਂ ਬਾਰੇ ਤੁਹਾਡੇ ਜਿਹੜੀ ਸ਼ੌਕਾਂ ਸ਼ੌਕ ਇੰਗਰੇਜ਼ੀ ਵਾਲੇ ਵੀ ਸ਼ੌਕ ਹੁੰਦੇ ਆ ਜਿਹੜੇ ਹੌਬੀਜ਼ ਨੇ ਤੁਹਾਡੇ ਸ਼ੌਕ ਨੇ ਉਹਨਾਂ ਬਾਰੇ ਲੋਕ ਜਾਨਣਾ ਚਾਹੁੰਦੇ ਆ ਤੁਹਾਡੇ ਪੁਰਾਣੇ ਕਾਲਜ ਦੇ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਜਿਹੜੇ ਪੜ੍ਹ ਕੇ ਆਏ ਆ ਮੈਨੂੰ ਯਾਰ ਮੇਰੇ ਜੱਬ ਦੇ ਖੁਦਾ ਵਰਗੇ ਕਿਸੇ ਅੱਲਾ ਦੇ ਫਕੀਰ ਦੀ ਦੁਆ ਵਰਗੇ ਯੋ ਵਾਟਸਐਪ ਪੀਪਲ ਥਿਸ ਇ ਸਿਖਸ਼ਿੰਦਰ ਸ਼ਿੰਦਾਨ ਯੂ ਵਾਚਿੰਗ ਦੇਸ ਪ੍ਰਦੇਸ਼ ਕੀਪ ਵਾਚਿੰਗ ਇਟ ਦ ਨੰਬਰ 1 ਚੈਨਲ ਕੀਪਿੰਗ ਇਟ ਰੀਅਲ ਪੰਜਾਬੀ ਕੀਪ ਇਟ ਅਲਾਈਵ ਆਰ ਮੇਰੇ ਜਾਬ ਦੇ ਖੁਦਾ ਵਰਗੇ ਕਿਸੇ ਅੱਲਾ ਦੇ ਫਕੀਰ ਦੀ ਦੁਆ ਵਰਗੇ ਕਰਮੇਤਰਾ ਨੂੰ ਯਾਦ ਹੱਡੀ ਚੀਜ਼ਾਂ ਪੈਂਦੀਆਂ ਜਿਹੜੇ ਬਣ ਗਏ ਨੇ ਪੂਰੇ ਦੀ ਹਵਾ ਵਰਗੇ ਵਾਹ ਵਾਹ ਇਨੀ ਛੇਤੀ ਸਾਡੇ ਫੁੱਲ ਨਾ ਫਰੋਲੋ ਦੋਸਤੋ ਅਸੀਂ ਮੁਰਦੇ ਦੀ ਸਜਰੀ ਸਵਾ ਵਰਗੇ ਕੀ ਬਾਤ ਹੈ ਮਰ ਜਾਣਿਆ ਸੰਭਾਲੀ ਮਾਨਾ ਗੀਤ ਆਪਣੇ ਮਤੇ ਬਣ ਜਾਣ ਗੈਰਾਂ ਦੀ ਨਿਗਾਹ ਵਰਗੇ ਕੀ ਬਾਤ ਅਸੀਂ ਰੂੜੀਆਂ ਤੇ ਉੱਗੇ ਹੋਏ ਫੁੱਲ ਹੀ ਸਹੀ ਤੁਸੀਂ ਖਿੜੇ ਹੋਈ ਕੱਤਿਆਂ ਦੀ ਕਪਾ ਵਰਗੇ ਬੱਲੇ ਬੱਲੇ ਸੋ ਇਹ ਮਤਲਬ ਰੱਬ ਉਹਨਾਂ ਨੂੰ ਰਾਜ਼ੀ ਰੱਖੇ ਜਿੱਥੇ ਵੀ ਹੈ ਤੰਦਰੁਸਤ ਰੱਖੇ ਉਹਨਾਂ ਨੂੰ ਔਰ ਕਿਉਂਕਿ ਉਹਨਾਂ ਦੇ ਬਿਆਰ ਸਤਕਾਰ ਦੀ ਬਦੌਰਤ ਮੈਨੂੰ ਯਾਦ ਆ ਕਿ ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਹੀ ਗੁਰਦਾਸ ਜੇ ਬਣਿਆ ਕਲਾਕਾਰ ਬਣਿਆ ਤੇ ਉਹਨਾਂ ਦੇ ਪਿੱਠ ਥਾਪਣ ਦੇ ਨਾਲ ਬਣਿਆ ਉਹ ਜਫੀ ਪਾਕ ਜਦੋਂ ਕਹਿੰਦੇ ਨਾ ਚੱਕ ਦੇ ਫਟੇ ਜੀ ਹਾਂਜੀ ਤੁਸੀਂ ਭਾਵੇਂ ਬੰਬੇ ਵੀ ਚਲੇ ਗਏ ਪਰ ਤੁਹਾਡੀ ਇੰਨੀ ਸਿੰਮਲੀਆਂ ਨੇ ਤੁਹਾਡੀ ਤਸ਼ਬੀਹਾਂ ਨਰਮੇ ਕਪਾਹਾਂ ਦੀਆਂ ਤੇ ਹੋਰ ਸਾਰੀਆਂ ਉਹ ਬਠਿੰਡੇ ਪੰਜਾਬ ਦੀਆਂ ਹੀ ਹਲ ਵੀ ਮਹਿਸੂਸ ਕਰਦੇ ਅਸੀਂ ਕਿਉਂਕਿ ਜਿਹੜਾ ਪਿੰਡ ਹੈ ਨਾ ਜਿਹੜਾ ਇਸ ਸਰੀਰ ਨੂੰ ਵੀ ਪਿੰਡ ਹੀ ਕਹਿੰਦੇ ਆ ਉਹ ਪਿੰਡ ਨਹੀਂ ਛੱਡਿਆ ਜਾ ਸਕਦਾ ਇਹ ਪਿੰਡ ਉਸੇ ਦਾ ਨਹੀਂ ਛੱਡਿਆ ਜਾ ਸਕਦਾ ਜਿਦੇ ਪਿੰਡ ਮੁਕਣਾ ਕਿੰਨੇ ਪਿੰਡ ਭਰਾਈਏ ਬੁੱਲੇ ਸ਼ਾਹ ਗੱਲ ਤਾਂ ਹੀ ਮੁਕਣੀ ਜਦ ਮੈਂ ਇਹਨੂੰ ਪਰੇ ਹਟਾਈਏ ਗਿਆ ਗਿਆ ਗੱਲ ਮੁਕਦੀ ਨਹੀਂ ਭਾਵੇਂ ਕਿਤਨੇ ਪਿੰਡ ਭਰਾਈਏ ਪਿੰਡ ਦਾਨ ਕਰਦੇ ਨਾ ਜੀ ਸੋ ਪਿੰਡ ਦਾਨ ਕਰਨ ਵਾਲੇ ਜਿਸ ਦਿਨ ਇਹ ਹੋ ਗਿਆ ਉਸ ਦਿਨੋਂ ਪਿੰਡ ਭੁੱਲੂਗਾ ਨਹੀਂ ਤਾਂ ਆਦਰਵਾਇਸ ਜਿੱਥੇ ਮਰਜ਼ੀ ਚਲੇ ਜਾਈਏ ਪਿੰਡ ਤੇ ਪਿੰਡ ਅੰਦਰ ਹੀ ਰਹਿਣਾ ਕਿਉਂਕਿ ਪਿੰਡ ਦੇ ਅੰਦਰ ਪਿੰਡ ਵਸਿਆ ਪਿਆ। ਕੀ ਬਾਤ ਹੈ ਜੀ ਬਾਬਾ ਜੀ ਮਹਾਰਾਜਪਾ ਹੁਣ ਇੰਨਾ ਬੁਲੰਦੀਆਂ ਤੇ ਜਾ ਕੇ ਕਦੇ ਕਦੇ ਤੁਸੀਂ ਸੋਚਦੇ ਹੋਣੇ ਹੋ ਕਿ ਹੁਣ ਮੈਂ ਕੀ ਕਰਾਂ ਜਾਂ ਮੈਂ ਕੀ ਹੋਰ ਕਰਨਾ ਚਾਹੁੰਨਾ ਯਾ ਮੈਂ ਪੰਜਾਬ ਦੀ ਖਾਸ ਤੌਰ ਤੇ ਪੰਜਾਬ ਨਾਲ ਤੁਹਾਡਾ ਇਹ ਨਮੋ ਪੰਜਾਬੀ ਨਾਲ ਨਮੋ ਆ ਕਿਵੇਂ ਦੇਖਣਾ ਚਾਹੋਗੇ ਖਾਸ ਤੌਰ ਤੇ ਪੰਜਾਬ ਨੂੰ ਕਿਹੋ ਜਿਹਾ ਦੇਖਣਾ ਚਾਹੋਗੇ ਕੋਈ ਕਹਿੰਦਾ ਕਿ ਮੈਂ ਦਰਖਤ ਲਵਾ ਰਿਆਂ ਕੋਈ ਕਹਿੰਦਾ ਮੈਂ ਆ ਕਰ ਦੇਗਾ ਕੋਈ ਕਹਿੰਦਾ ਮੈਂ ਆ ਕਰ ਦੇਗਾ ਆਪ ਜੀ ਦਾ ਕੀ ਖਿਆਲ ਹੈ ਮੇਰਾ ਖਿਆਲ ਉਹੀ ਹੈ ਜੋ ਤਨੀਰਾਮ ਚਾਤਰਕ ਜੀ ਦਾ ਸੀ ਅੱਛਾ ਜੀ ਜਿਨ੍ਹਾਂ ਨੇ ਆਪਣੇ ਗੀਤ ਦੇ ਵਿੱਚ ਜ਼ਿਕਰ ਕੀਤਾ ਸੀ ਪੰਜਾਬ ਕਰਾਂ ਕਿ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲਪਾਣ ਤੇਰਾ ਹਰੀਆ ਦਰਿਆ ਜਲਪਾਣ ਤੇਰਾ ਹਰੀਆਲ ਤੇਰੀ ਦਰਿਆ ਪਹਾੜ ਪਰਬਤ ਮੈਦਾਨ ਤੇਰੇ ਹਮ ਹਮ ਸਰ ਸਾਬਾਨ ਹੈ ਅੰਬਾਂ ਦਾ ਮਸਲੰ ਮਖਮਲੀ ਕਾਵਾਂ ਦੀ ਚੱਪੇ ਚੱਪੇ ਤੇ ਫੈਲ ਰਹੀ ਦੌਲਤ ਤੇਰੇ ਦਰਿਆਵਾਂ ਦੀ ਸੋ ਮੈਂ ਚਾਹੁੰਨਾ ਹੈ ਕਿ ਉਹ ਦੌਲਤ ਦਰਿਆਵਾਂ ਦੀ ਉਹ ਪੰਜੇ ਦੇ ਪੰਜੇ ਦਰਿਆ ਵਗਦੇ ਰਹਿਣ ਬਾਬਾ ਇੱਕ ਦਰਿਆ ਵੀ ਖਾਲੀ ਹੋ ਜਾਂਦਾ ਨਾ ਜਦੋਂ ਸੁੱਕਾ ਲੱਗਦਾ ਤਾਂ ਦਰਿਆ ਸੁੱਕੇ ਵਹਿੰਦੇ ਅੱਛੇ ਨਹੀਂ ਲੱਗਦੇ ਹੂੰ 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 ਉਹ ਜਾੜਾ ਪੈ ਜਾਂਦਾ ਬਾਬਾ ਇਹ ਪਰਫੁੱਲਤ ਰਹਿਣਗੇ ਤੇ ਧਰਤੀ ਸੁਹਾਗਣ ਰਹੇਗੀ ਜਿੱਥੇ ਪਾਣੀ ਨਹੀਂ ਹੱਥ ਤਾਂ ਸੋਕਾ ਹੈ ਬਾਬਾ ਹੂੰ ਹੂੰ ਔਰ ਜਿੱਥੇ ਸੋਕਾ ਹੈ ਉਥੇ ਸ਼ਰੀਰਾਂ ਦੇ ਵਿੱਚ ਵੀ ਉਹ ਜ਼ੈਰਾਂ ਪੈਦਾ ਹੁੰਦੀ ਨੇ ਸੋ ਇਹ ਸਲਾਮਤ ਰਹਿਣੇ ਚਾਹੀਦੇ ਪੰਜ ਦਰਿਆ ਪੰਜ ਦਰਿਆ ਦੇ ਨਾਲ ਇਹਦੀ ਧਰਤੀ ਜ਼ਰਖੇਜ਼ ਰਹਿਣੀ ਚਾਹੀਦੀ ਆ ਜ਼ਰਖੇਜ਼ ਇਸ ਜ਼ਰਖੇਜ਼ ਮਿੱਟੀ ਦੀ ਕੁੱਖ ਵਿੱਚ ਖੋਪੜੀਆਂ ਨਾ ਬੀਜੋ ਖੋਪੜੀਆਂ ਚ ਉਗ ਪੈਣਗੇ ਇਨਕਲਾਬ ਦੇ ਦਾਣੇ ਵਾਓ ਵਾਓ ਹਾਂਜੀ ਕੀ ਬਣੂ ਦੁਨੀਆ ਦਾ ਸੱਚੇ ਪਾਸ਼ਾਵਾਗ ਨੂੰ ਜਾਣੇ ਹੁਣ ਜਿਸ ਤਰ੍ਹਾਂ ਤੁਸੀਂ ਇਹ ਜੈਸਚਰ ਕੀਤਾ ਜਿਹੜਾ ਕੋਕੋਕੋਲਾ ਵਾਲੇ ਸਟੂਡੀਓ ਦੇ ਵਿੱਚ ਜਾ ਕੇ ਤੁਸੀਂ ਦੋ ਗਾਣਾ ਦਿਲਜੀਤ ਨੂੰ ਰਿਕਾਰਡ ਕਰਾਇਆ ਇਸ ਤਰ੍ਹਾਂ ਦੇ ਵੈਂਚਰ ਅਸੀਂ ਹੋਰ ਵੀ ਐਕਸਪੈਕਟ ਕਰੀ ਇਹ ਇਹ ਸਾਰੀਆਂ ਚੀਜ਼ਾਂ ਨੈਚੁਰਲ ਹੋਈਆਂ ਮੈਂ ਕੋਈ ਕੋਈ ਕਹਿ ਕੇ ਨਹੀਂ ਕਰਵਾਈ ਚੀਜ਼ ਅੱਛਾ ਜੀ ਇਹ ਹੋਇਆ ਬਾਬੇ ਅੱਜ ਮੇਰੇ ਖਾਲਪ 4-5 ਸਾਲ ਹੋ ਗਏ ਉਸ ਕੋ ਸਟੂਡੀਓ ਨੂੰ ਸ਼ੁਰੂ ਹੋਏ ਨੂੰ ਉਹਨਾਂ ਦੀ ਉਦੋਂ ਦੀ ਸੀਗੀ ਉਹਨਾਂ ਦੇ ਅੰਦਰ ਮਨਸ਼ਾ ਸੀਗੀ ਕਿ ਗੁਰਦਾਸ ਨੂੰ ਰਿਕਾਰਡ ਕਰ ਸਕੀਏ ਪਰ ਉਹ ਨਹੀਂ ਸਮਾਂ ਜਦੋਂ ਸਮਾਂ ਆਉਂਦਾ ਹੈ ਉਸ ਗੱਲ ਦਾ ਤੇ ਉਹ ਸਮਾਂ ਦੱਸ ਦਿੰਦਾ ਹੈ ਕਿ ਐਵੇਂ ਨਹੀਂ ਲੇਟ ਹੋਇਆ ਕੋਈ ਵਜ੍ਹਾ ਸੀ ਗੁਰਾਸ ਮਾਛਾ ਬੱਫਲੀ ਤੁਸੀਂ ਬੜੀ ਪਾਪੂਲਰ ਕੀਤੀ ਬੱਫਲੀ ਤੁਸੀਂ ਜਦੋਂ ਲੈ ਮੇਰੇ ਖਿਆਲ ਹੈ ਡੱਫਲੀ ਨਾਲ ਮੈਂ ਪਾਪੂਲਰ ਹੋਇਆ ਬੱਫਲੀ ਨੇ ਮੈਨੂੰ ਪਾਪੂਲਰ ਕੀਤਾ ਹੁਣ ਤੁਸੀਂ ਉਹ ਨਹੀਂ ਨੀ ਇਸਤੇਮਾਲ ਕਰਦੇ ਨਹੀਂ ਇਹ ਤੁਹਾਨੂੰ ਵਹਿਮ ਹੈ ਅੱਛਾ ਜੀ ਨਹੀਂ ਨਹੀਂ ਵਹਿਮ ਹੈ ਉਹ ਨਹੀਂ ਤੁਸੀਂ ਦੇਖਿਆ ਨਹੀਂ ਤੁਸੀਂ ਕੀ ਬਣੂ ਦੁਨੀਆ ਦੇ ਵਿੱਚ ਜਿਹੜਾ ਮੈਂ ਜਿਹੜਾ ਉਦੋਂ ਉਦੋਂ ਬੁਜਾਈ ਆ ਪਰ ਹੁਣ ਜਿਵੇਂ ਮੇਰਾ ਤਾਂ ਮੇਰਾ ਤਾਂ ਸ਼ੁਰੂਆਤ ਉਦੋਂ ਤੋਂ ਹੁੰਦੀ ਹੈ ਅੱਛਾ ਜੀ ਸ਼ੁਰੂਆਤ ਉਸ ਵੇਲੇ ਕੀ ਹੁੰਦਾ ਸੀ ਥਿੰਦ ਸਾਹਿਬ ਤੁਸੀਂ ਦੇਖਿਆ ਹੋਵੇ ਜੀ ਜੀ ਸਟੇਜ ਜਿਹੜਾ ਸਟੇਜ ਦੇ ਉੱਤੇ ਜਿਹੜਾ ਮਾਈਕ ਹੁੰਦਾ ਸੀ ਉਹ ਫਿਕਸ ਹੁੰਦਾ ਸੀ ਹਮ ਹਮ ਫਿਕਸ ਮਾਈਕ ਦੇ ਔਰ ਮੇਰੇ ਦੋਨੋਂ ਹੱਥ ਖਾਲੀ ਹੁੰਦੇ ਸੀ ਮੈਂ ਡਫਲੀ ਪਲੇ ਕਰ ਸਕਦਾ ਸੀ ਹੁਣ ਹੁਣ ਮੈਨੂੰ ਜਿਹੜਾ ਮਾਈਕ ਨੂੰ ਹੱਥ ਚ ਫੜ ਕੇ ਇੱਕ ਆਡੀਅנס ਸਿੱਧੀ ਥੋੜੀ ਜੀ ਹੁੰਦੀ ਸੀ ਸਾਹਮਣੇ ਬੈਠੀ ਹੁੰਦੀ ਸੀ ਉਹਨਾਂ ਨੂੰ ਸੁਣਾ ਦਈਦਾ ਸੀ ਕਿਸੀ ਇਧਰਲੇ ਪਾਸੇ ਘੁੰਮਣ ਦੀ ਲੋੜ ਨਹੀਂ ਸੀ ਇੱਕੋ ਜਗ੍ਹਾ ਤੇ ਬੈਠ ਕੇ ਸਾਰੇ ਪਾਸੇ ਅੱਖ ਚਲੀ ਜਾਂਦੇ ਸੀ ਪਰ ਹੁਣ ਆਡੀਅנס ਇਧਰਲੇ ਪਾਸੇ ਰਾਈਟ ਸਾਈਡ ਤੇ ਬੈਠੀ ਹੈ ਲੈਫਟ ਸਾਈਡ ਤੇ ਬਟ ਯਾ ਉੱਪਰ ਵੀ ਬੈਠੀ ਹੈ ਨੀਚੇ ਵੀ ਬੈਠੀ ਸੋ ਉਹਨਾਂ ਦੀ ਅੱਖ ਨਾਲ ਅੱਖ ਚ ਗੱਲ ਕਰਨ ਨਾਲ ਮੈਨੂੰ ਮੈਨੂੰ ਤੁਰਨਾ ਫਿਰਨਾ ਪੈਂਦਾ ਔਰ ਤੁਰਨਾ ਫਿਰਨਾ ਪੈਂਦਾ ਤੇ ਮਾਈਕ ਮੈਨੂੰ ਇੱਕ ਹੱਥ ਚ ਲੈਣਾ ਅੱਜ ਦੀ ਜਿਹੜੀ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਜੋ ਉਹਨਾਂ ਨੇ ਐਫਐਮ ਬਣਾਤਾ ਇਹ ਜਿਹੜਾ ਵਾਇਰਲੈਸ ਜਿਹੜਾ ਮਾਈਕ੍ਰੋਫੋਨ ਆ ਗਿਆ ਮਾਈਕ੍ਰੋਫੋਨ ਆ ਗਿਆ ਤਾਂ ਤੁਸੀਂ ਉਹਨੂੰ ਇਸਤੇਮਾਲ ਕਰ ਸਕਦੇ ਹੋ ਸੋ ਮੇਰਾ ਖਿਆਲ ਹੈ ਇੱਕ ਹੱਥ ਜਦੋਂ ਕਿਉਂਕਿ ਥਾਲੀ ਦੋਨਾਂ ਹੱਥਾਂ ਨਾਲ ਵਜਾਈਦੀ ਐ ਡਫਲੇ ਵੀ ਦੋਨਾਂ ਹੱਥਾਂ ਨਾਲ ਵਜਾਈਦੀ ਅੱਛਾ ਜੇ ਤੁਸੀਂ ਗੀਤ ਲਿਖਦੇ ਹੋ ਕਿਉਂਕਿ ਤੁਹਾਡੀ ਜਿਹੜੀ ਪੋਇਟਰੀ ਆ ਉਹ ਇੰਨੀ ਟੱਚਿੰਗ ਆ ਉਹ ਇੰਨੀ ਜਜ਼ਬੇ ਪਰਪੂਰਾ ਉਹਨੂੰ ਸੁਣ ਕੇ ਵੀ ਬਹੁਤ ਸਵਾਦ ਆਉਂਦਾ ਸੋਨੇ ਤੇ ਸਵਾਗਾ ਜਦੋਂ ਤੁਸੀਂ ਗਾਉਂਦੇ ਹੋ ਉਹਨੂੰ ਉਦੋਂ ਜਦੋਂ ਉਤਰਦੀ ਆ ਜਾਂ ਕੋਈ ਖਾਸ ਮੌਕੇ ਨੇ ਉਦੋਂ ਲਿਖਦੇ ਹੋ ਇਹ ਕੋਈ ਚੀਜ਼ ਪ੍ਰਭਾਵਿਤ ਕਰਦੀ ਹੈ ਕੀ ਟ੍ਰਿਗਰ ਕਰਦੀ ਹੈ ਤੁਹਾਡੀ ਪੋਇਟਰੀ ਹੈ ਜਿਹੜੀ ਇਹ ਪ੍ਰਭਾਵਿਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਗੱਲ ਤੋਂ متاثر ਹੋਣਾ ਔਰ ਉਹੀ ਤੁਹਾਡੇ ਤੇ ਅਸਰ ਕਰਦੀ ਹੈ ਜੋ ਤੁਸੀਂ ਸੁਣਦੇ ਹੋ ਜੋ ਤੁਸੀਂ ਜ਼ਮਾਨੇ ਦੇ ਵਿੱਚ ਵਿਚਰਦੇ ਹੋ ਜੋ ਕੁਦਰਤ ਤੁਹਾਨੂੰ ਨਜ਼ਾਰਾ ਦਿਖਾਉਂਦੀ ਹੈ ਉਸ ਜਲਵੇ ਦਾ ਹੀ ਅਸਰ ਹੁੰਦਾ ਹੈ ਸ਼ਾਇਰੀ ਹੂੰ ਹੂੰ ਜੋ ਕਈ ਵਾਰੀ ਦੁਖਾਂਤ ਤੁਸੀਂ ਦੇਖਦੇ ਹੋ ਤਾਂ ਤੁਸੀਂ ਦੁੱਖ ਵਾਲੇ ਪਾਸੇ ਤੁਰ ਪੈਂਦੇ ਹੋ ਕੋਈ ਖੁਸ਼ੀ ਦੀ ਗੱਲ ਦੇਖਦੇ ਹੋ ਕੋਈ ਰੋਮਾਂਸ ਦੇਖਦੇ ਹੋ ਤਾਂ ਰਮਾਂਸ ਵਾਲੇ ਪਾਸੇ ਕੋਈ ਗੱਲ ਉਤਰ ਆਉਂਦੀ ਹੈ ਕੋਈ ਰੱਬੀ ਗੱਲ ਕਿਸੇ ਦੇ ਉਹਦੇ ਤੇ ਕੋਈ ਮਜ਼ਾ ਲੈਂਦਾ ਤੇ ਉਹ ਸੂਫਿਆਨਾ ਰੰਗ ਦੀ ਸ਼ਾਇਰੀ ਦਾ ਉਤਾਰਾ ਹੁੰਦਾ ਸੋ ਇਹ ਆਮਦ ਹੈ ਤੁਸੀਂ ਨੂੰ ਮੈਂ ਦੇਖਦਾ ਅਸੀਂ ਬਹੁਤ ਸਾਰੇ ਗੌਣ ਗੌਣ ਇੰਟਰਵਿਊ ਕਰਦੇ ਹਾਂ ਪਹਿਲਾਂ ਤੋਂ ਵੇਖਿਆ ਮੈਂ ਫਿਰ ਕਈ ਵਾਰੀ ਪੈਰ ਛੱਡ ਦਿੰਦੇ ਤੁਸੀਂ ਡਾਊਨ ਟੂ ਅਰਥ ਬੜੇ ਰਹੇ ਬਹੁਤ ਹੁਣ ਮੈਂ ਤੁਹਾਡੀ ਦੇਖ ਰਿਹਾ ਹਾਂ ਸਾ ਕਲਿੱਪ ਜਿਹੜਾ ਇੱਕ ਵਿਚਾਰਾ ਜਿਹੜਾ ਪਾਹਜ ਸੀ ਪਰਿਵਾਰ ਉਹਨਾਂ ਨੂੰ ਤੁਸੀਂ ਸਾਰੇ ਪੈਸੇ ਚਕਾ ਦਿੱਤੇ ਯਾਰ ਇਹਨੂੰ ਦਿਓ ਇਹ ਤਾਂ ਉੱਠ ਨਹੀਂ ਹੁਣਾ ਮੈਂ ਦੇਖ ਰਿਹਾ ਸਾਂ ਹੋਰ ਇਸ ਤਰ੍ਹਾਂ ਨਹੀਂ ਜੀ ਤੁਹਾਡੀਆਂ ਨਾ ਚੰਗੇ ਇਨਸਾਨ ਦੀਆਂ ਗੱਲਾਂ ਨੇ ਉਹ ਲੋਕ ਵੇਖਦੇ ਆ ਤੇ ਉਸ ਤੋਂ ਵੀ متاثر ਹੁੰਦੇ ਆ ਤੁਹਾਡੀ ਸ਼ਾਇਰੀ ਤੋਂ ਪੋਇਟਰੀ ਤੋਂ ਗਾਇਕ ਤੋਂ ਲੋਕ ਉਸ ਦੀ ਤਲਾਸ਼ ਰਹਿੰਦੇ ਜਿਹੜਾ ਡਾਊਨ ਟੂ ਅਰਥ ਹੋਵੇ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਵਰਤੋਅ ਕਰੇ ਨਖਰੇਬਾਜ਼ ਨਾ ਹੋਵੇ ਇਸ ਨੂੰ ਮੇਨਟੇਨ ਕਰਨ ਲਈ ਕੀ ਕਰਨਾ ਪਿਆ ਕੀ ਯਾਦ ਰੱਖਦੇ ਹਮੇਸ਼ਾ ਪੈਰ ਚੱਕ ਦਿੰਦੀ ਮਸ਼ਹੂਰੀ ਤੁਹਾਡੀ ਤਾਂ ਬਾਬੇ ਮਸ਼ਹੂਰੀ ਬਹੁਤ ਜ਼ਿਆਦਾ ਹੈ ਮੇਰੇ ਦਾਤ ਬਹੁਤ ਕਿਰਪਾ ਮਾਲਕਦੀਪ ਇਹ ਵੀ ਬਿਨਾਂ ਉਹਦੀ ਕਿਰਪਾ ਦੇ ਕੁਝ ਵੀ ਨਹੀਂ ਬਾਬਾ ਬਿਨ ਕਰਮਾ ਕਿਛ ਪਾਈਏ ਨਹੀਂ ਜੇ ਬਹੁਤ ਇਰਾਦਾ ਹੋਵੇ ਔਰ ਸਾਡੇ ਸਿਆਣੇ ਸਾਡੇ ਗੁਰੂ ਪੀਰ ਫਕੀਰ ਜਿਹੜੇ ਗੱਲਾਂ ਇਹ ਹੀ ਕਹਿ ਕੇ ਗਏ ਕਿ ਨਿਮਰਤਾ ਦੇ ਵਿੱਚ ਹੀ ਮਿਲਣਾ ਦਿਓ ਕੁਝ ਵੀ ਮਿਲਣਾ ਜਿਨੇ ਲਿਆ ਨਿਯਮ ਨੇਮ ਕੇ ਲਈ ਜਿਨੇ ਖਾਟਿਆ ਜੁੱਤੀਆਂ ਜੋ ਖਾਟਿਆ ਹੂੰ ਹੂੰ ਜੁੱਤੀਆਂ ਵਾਲੇ ਪਾਸੇ ਜਾ ਕੇ ਮਤਲਬ ਇਹ ਨਹੀਂ ਕਿ ਜੁੱਤੀਆਂ ਜਿਨ੍ਹਾਂ ਨੇ ਖਾਧੀਆਂ ਜਿਨ੍ਹਾਂ ਨੇ ਮਾਪਿਆਂ ਦੀਆਂ ਖਾਧੀਆਂ ਉਹ ਵੀ ਤਰ ਗਏ ਜਿਨ੍ਹਾਂ ਨੇ ਉਸਤਾਦਾਂ ਦੀਆਂ ਖਾਧੀਆਂ ਉਹ ਵੀ ਤਰ ਗਏ ਜਿਨ੍ਹਾਂ ਨੇ ਗੁਰੂ ਦੀਆਂ ਖਾਧੀਆਂ ਉਹ ਵੀ ਤਰ ਗਏ ਜਿਨ੍ਹਾਂ ਨੇ ਘਰ ਵਾਲੀਆਂ ਦੀਆਂ ਖਾਧੀਆਂ ਉਹ ਵੀ ਤਰ ਗਏ ਬਾਕੀ ਮਰ ਗਏ ਔਰ ਤੇ ਰੀਜਨ ਸੋ ਨਿਓ ਕੇ ਖਟਣਾ ਨਿਓ ਕੇ ਨਿਓ ਕੇ ਚੱਕੀ ਜਵਾਨਾ ਇੱਥੇ ਮੇਰੀ ਨਥ ਡਿੱਗ ਗਈ ਵਾ ਵਾ ਇਹ ਗੱਲ ਜਦੋਂ ਕੱਲੇ ਹੁੰਦੇ ਮਾਨ ਸਾਹਿਬ ਫੇ ਕਿਹੜੇ ਕਿਹੜੇ ਗੀਤ ਜਿਹੜੇ ਤੁਹਾਡੀ ਜ਼ੁਬਾਨ ਤੇ ਚੜੇ ਜਿਹੜੇ ਤੁਸੀਂ ਗਣੌਂਦੇ ਗੁੰਗਣਾਉਂਦੇ ਰਹਿੰਦੇ ਤੁਹਾਡੇ ਤਾਂ ਹਜ਼ਾਰਾਂ ਗੀਤ ਮੈਂ ਜ਼ਿਆਦਾਤਰ ਮੈਂ ਜਦੋਂ ਮੇਰਾ ਮੇਰਾ ਰਿਆਜ਼ ਹੈ ਜਿਹੜਾ ਮੇਰਾ ਰਿਆਜ਼ ਵਾਰਿਸ ਸ਼ਾਹ ਦੀ ਹੀਰ ਦੇ ਨਾਲ ਅੱਛਾ ਜੀ ਹੀਰ ਮੈਂ ਬਚਪਨ ਵੀ ਬਹੁਤ ਜਦੋਂ ਖੋਸ਼ ਸੰਭਾਲਦਾ ਜਦੋਂ ਮਤਲਬ ਉਸ ਜਵਾਨੀ ਵਾਲੇ ਪਾਸੇ ਚ ਪੈਰ ਰੱਖਣਾ ਸ਼ੁਰੂ ਕਰਦਾ ਉਸ ਵੇਲੇ ਮੈਂ ਹੀਰ ਕਤਰੀਬਨ ਪੜੀ ਪੜੀ ਸੀ ਆ ਹੁਣ ਵੀ ਕੱਲੇ ਗਾਉਂਦੇ ਰਹਿੰਦੇ ਹੁਣ ਵੀ ਮੈਂ ਜਦੋਂ ਰਿਆਜ਼ ਕਰਦਾ ਮਹਿਰ ਤੋਂ ਹੀ ਰਿਆਜ਼ ਸ਼ੁਰੂ ਕਰਦਾ ਮੇਰੇ ਮੈਂ ਮਹਿਰ ਤੋਂ ਸ਼ੁਰੂ ਕਰਦਾ ਰਿਆਜ਼ ਦੋਕ ਬੋਲ ਹੀਰ ਦੀ ਸੁਣਾ ਦਿਓ ਜੀ ਮੰਜ਼ਲੀਸ਼ਕ ਦੀ ਵਿੱਚ ਮਕਸੂਦ ਮਿਲਦਾ ਤੇ ਛੇੜੇ ਹੋਰ ਨੇ ਤੂਲ ਫਜ਼ੂਲ ਮੀਆਂ ਹੋਪਾ ਮੇ ਸੋਹਦੀ ਬਾਦ ਤਾ ਲਖ ਹੋਸਨ ਤੇ ਇਸ਼ਕ ਬਾਜ਼ ਨਾ ਜਾਤਨਾ ਮੂਲਮੀਆਂ ਵਾਰਸ ਆਸ਼ਿਕਾਂ ਤੇ ਕਰਮ ਰੱਬ ਦਾ ਹੈ ਉਹ ਜਿੰਨਾ ਕੀਤਾ ਹੈ ਇਸ਼ਕ ਅਸੂਲ ਮੀਆਂ ਜਿੰਨਾ ਕੀਤਾ ਹੈ ਇਸ਼ਕ ਅਸੂਲ ਮੀਂ ਵਾ 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 ਬੇ ਕਮਾਲ ਕਰਤੀ ਹੈ ਕਮਾਲ ਹੋ ਗਈ ਖੈਰ ਰਵਨ ਪਤਾ ਤੁਹਾਡੇ ਹੋਰ ਵੀ ਕੀ ਰਜੇ ਮੇ ਆ ਤੇ ਅਖੀਰ ਤੁਸੀਂ ਕੀ ਕਰਨਾ ਚਾਹੋਗੇ ਤੁਹਾਡੇ ਸੁਣਨ ਵਾਲੇ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਰਬ ਜੀ ਵਰਸ਼ਪ ਕਰਦੇ ਨੇ ਕਈ ਲੋਕ ਮੈਂ ਕਈਆਂ ਲੋਕਾਂ ਨੂੰ ਜਾਣਦਾ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੇਰੇ ਵੱਲੋਂ ਇਹ ਹੀ ਗੁਜ਼ਾਰਿਸ਼ ਰਹੇਗੀ ਬਾਬਾ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਆਪਣੇ ਪਰਿਵਾਰ ਦੇ ਨਾਲ ਜੁੜੇ ਰਹਿਣ ਔਰ ਆਪਣੇ ਕੰਮ ਦੇ ਨਾਲ ਜੁੜੇ ਰਹਿਣ ਆਪਣੇ ਪਿਆਰਿਆਂ ਦੇ ਨਾਲ ਜੁੜੇ ਰਹਿਣ ਕਿਉਂਕਿ ਜੁੜਨ ਦੇ ਵਿੱਚ ਹੀ ਸਾਰਾ ਕੁਝ ਹੈ ਸਭ ਤੋੜਨ ਦੀ ਗੱਲ ਕਰਦੇ ਨੇ ਕੋਈ ਜੋੜਨ ਦੀ ਗੱਲ ਕਰਦਾ ਨਹੀਂ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਕਰਦਾ ਨਹੀਂ ਕਿਆ ਬਾਤ ਸੋ ਇੱਕ ਇਤਫਾਕ ਵਿੱਚ ਬਰਕਤ ਹੈ ਮੁਹੱਬਤ ਦੇ ਵਿੱਚ ਹੀ ਸਭ ਕੁਝ ਹੈ। ਔਰ ਬਾਕੀ ਨਫ਼ਰਤ ਦੇ ਨਾਲ ਜਿਹੜਾ ਕੁਝ ਬੀਜੋਗੇ ਉਹੀ ਵੜਨਾ ਬਾਬਾ ਜੀ। ਬਸ ਇੰਨਾ ਹੀ ਖਿਆਲ ਰੱਖਣਾ। ਰੱਬ ਤੁਹਾਨੂੰ ਰਾਜ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਇੱਜ਼ਤ ਮਾਨ ਸਤਿਕਾਰ ਬਖਸ਼ੇ। ਬਹੁਤ-ਬਹੁਤ ਮਿਹਰਬਾਨ। ਅਦਾਰਾ ਰੈਡ FM ਬਲੋਸ ਤੋਂ ਰਤਨਵਾਦ ਕਰਦੇ ਹਾਂ ਕਿਉਂਕਿ ਯੂ ਆਰ ਲਿਵਿੰਗ ਲੈਜੈਂਡ ਇੱਕ ਸਦੀ ਜਿਹੀ ਪ੍ਰਖੁੰਦੇ ਆ ਔਰ ਮੈਂ ਤੁਹਾਡੀ ਇਸ ਕਰਕੇ ਪਰਸਨ ਸੌਣੀ ਕਿ ਤੁਸੀਂ ਇੱਥੇ ਬੈਠੇ ਹੋ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਔਰ ਕੋਈ ਮੁਹੰਮਦ ਰਫੀਕ ਕੋਈ ਗੁਰਦਾਸ ਮਾਨ ਕੋਈ ਇੱਕ ਬੰਦੇ ਕਈ ਵਾਰੀ ਹੁੰਦੇ ਤੇ ਆਪ ਜੀ ਉਹ ਅਸੀ ਤੁਹਾਨੂੰ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦੇ ਤੁਸੀਂ ਸਾਡੇ ਸਟੂਡੀਓਜ਼ ਚ ਆਇਓ ਥੈਂਕ ਯੂ ਧੰਸਬਾਦ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਬੱਤ ਗਰੇਵੇ ਕਾ ਖੁਲਕਾਰੀਆਂ ਵੀ ਕਈਆਂ ਕੰਨਾਂ ਵਿੱਚ ਕੋਪਰੂ ਦੀਵਾਲੀਆਂ ਵੀ ਕਈਆਂ ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਕਈਆਂ ਕੁੱਟ ਵੀ ਗਏ ਤੇ ਏ ਹਨ ਫੋਰ ਐਵਰ ਗੁਰਦਾਸ ਮਾਨ ਸਾਹਿਬ ਜਿਹੜੇ ਕਿ ਪਿਛਲੇ 35-38 ਸਾਲ ਤੋਂ ਪੰਜਾਬੀ ਸਰੋਤਿਆਂ ਦੇ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ ਅਤੇ ਪੂਰੀ ਤਰ੍ਹਾਂ ਕਾਇਮ ਹਨ ਐਸਾ ਕਿਸੇ ਕਿਸੇ ਕਲਾਕਾਰ ਦੇ ਹਿੱਸੇ ਆਉਦਾ ਹੈ ਸੱਚੇ ਪਾਕਸ਼ਾਬਾਦ ਨੂੰ